ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਵੀਡੀਓ ਸਟੱਡੀ ਨੂੰ ਲੈ ਕੇ ਲਾਰ ਤੱਕ ਦੇਖੇ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸੋ ਜਿਵੇਂ ਕਿ ਆਪਾਂ ਪਿਛਲੀ ਵੀਡੀਓ ਵਿੱਚ ਦੱਸਿਆ ਸੀ ਕਿ ਇੰਦਰ ਹੁਣ ਵਾਪਸ ਆ ਰਿਹਾ ਹੈਗਾ ਇੰਡੀਆ ਕਿਉਂਕਿ ਉਸਨੇ ਕਿਹਾ ਕਿ ਉਹ ਮੈਂ ਕੱਲੇ-ਕੱਲੇ ਰੋਸਟਰ ਦੇ ਘਰ ਜਾ ਕੇ ਉਹਨਾਂ ਦੀ ਫੈਮਿਲੀ ਉਹਨਾਂ ਦੀ ਵੀਡੀਓ ਦਿਖਾਉਂਗਾ ਕਿ ਤੁਸੀਂ ਦੇਖੋ ਤੁਹਾਡੇ ਬੱਚੇ ਕੀ ਕਰ ਰਹੇ ਨੇ ਕਿੱਦਾਂ ਦੀਆਂ ਵੀਡੀਓ ਬਣਾ ਰਹੇ ਨੇ ਜਿਨ੍ਹਾਂ ਨੇ ਹੇਠਾਂ ਕੋ ਵੀਡੀਓ ਨਹੀਂ ਦੇਖੀ ਤੁਹਾਨੂੰ ਲਿੰਕ ਡਿਸਕ੍ਰਿਪਸ਼ਨ ਵਿੱਚ ਮਿਲ ਜੂ ਜਾ ਕੇ ਤੁਸੀਂ ਜਰੂਰ ਦੇਖ ਕੇ ਆਇਓ ਉੱਥੇ ਇੱਕ ਰੋਸਟਰ ਫ੍ਰੈਸ਼ੀ ਕੈਨੇ ਉਹ ਇਦਾਂ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਤੁਸੀਂ ਇਹ ਵੀ ਕਮੈਂਟ ਬਾਕਸ ਚ ਜ਼ਰੂਰ ਕਮੈਂਟ ਕਰੋ ਬਾਕੀ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਵੀਡੀਓ ਹਰ ਇੱਕ ਤੱਕ ਪਹੁੰਚ ਸਕੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮੈਸੇਜ ਕੀਤੇ ਬਹੁਤ ਪੇਜਾਂ ਨੇ ਸਪੋਰਟ ਕੀਤੀ bro ਥੈਂਕ ਯੂ so much ਸਾਰਿਆਂ ਦਾ ਮੈਂ ਸਾਰਿਆਂ ਦਾ ਰਿਪਲਾਈ ਨਹੀਂ ਕਰ ਪਾ ਰਿਹਾ ਇਸ ਟਾਈਮ ਕਿਉਂਕਿ ਮੈਸੇਜ ਸੱਚੀ ਬੜੀ ਹੋ ਗਈ ਮੈਂ ਅੰਦਾਜ਼ਾ ਨਹੀਂ ਕਰ ਰਿਹਾ ਤੇ ਇੱਕ ਗੱਲ ਹੋਰ ਕਰਨੀ ਸੀਗੀ ਤੁਹਾਡੇ ਨਾਲ ਇਹ ਹੁੰਦੀ ਹੈ ਨਾ ਜਦੋਂ ਗੱਲ ਘੁੰਮ ਫੇਰ ਕੇ ਇੱਕ ਟ੍ਰੀਟ ਤੇ ਆ ਜਾਂਦੀ ਹੈ ਉਹ ਏਦਾਂ ਗੱਲ ਹੋਈ ਆ ਕਿ ਉਹੀ ਸਾਭੀ ਨੇ ਬੜੇ ਪਿਆਰ ਨਾਲ ਇਹਨਾਂ ਨੂੰ 9-10 ਮਹੀਨੇ ਪਹਿਲਾਂ ਬੁਲਾਇਆ ਸੀ ਕਿ ਆਪਾਂ ਡਿਬੇਟ ਕਰਨੀ ਆ ਤੁਹਾਡੇ ਨਾਲ ਤੁਸੀਂ ਗੱਲ ਕਰੋਗੇ ਤੁਸੀਂ ਕਿੱਥੇ ਗਲਤ ਜਿੱਥੇ ਸਹੀ ਜੇ ਉਹੀ ਸਾਭੀ ਤੁਹਾਨੂੰ ਦੱਸੂਗਾ ਠੀਕ ਆ ਫਿਰ ਕਹਿਣਗੇ ਤੇ ਹੁਣ ਇਹਨਾਂ ਨੇ ਕਿਹਾ ਕਿ ਘਰੇ ਜਾਣਾ ਆ ਸੋ ਘਰੇ ਬੇਸ਼ੱਕ ਦੀ ਜਾਓ ਜਦੋਂ ਜਾਣਾ ਉਦੋਂ ਜਾਓ ਬਟ ਉੱਥੇ ਬੈਠ ਕੇ ਡਿਬੇਟ ਹੋਊਗੀ ਜਿਹੜੀ ਗੱਲ ਹੋਊਗੀ ਜੇ ਕਹਿੰਨਾ ਪੰਚਾਇਤ ਲੱਗ ਜਾਣੀ ਆ ਲਾਈਵ ਸਟ੍ਰੀਮ ਹੋਊਗੀ ਪੂਰੇ ਲੋਕੀ ਦੇਖਣਗੇ ਤੁਹਾਡਾ ਜਲੂਸ ਨਿਕਲਦਾ ਤੇ ਤੁਹਾਨੂੰ ਜਿਹੜੀ ਗੱਲਾਂ ਪੁੱਛਾਂਗੇ ਉਹਦਾ ਅਪਡੇਟ ਦੇ ਦਿਓ ਉਸ ਤੋਂ ਬਾਅਦ ਕੋਈ ਬੰਦਾ ਰੋਸ ਨਹੀਂ ਕਰੂਗਾ ਕਿਸੇ ਨੂੰ ਵੀ YouTube ਵਲੌਗ ਕਰ ਰਿਹਾ ਠੀਕ ਹੈ ਜੇ ਉਹਨਾਂ ਦਾ ਜਵਾਬ ਦੇਤਾ ਸੋ ਜੇ ਜਾਣਾ ਵਾ ਜੀ ਸੱਦ ਕੇ Discord ਮਗਾਏ ਹੋਏ ਕਰਦੇ ਨੇ ਸਭ ਕੁਝ ਤਿਆਰ ਹੈ